नमस्कार आप देख रहे हैं प्राइम न्यूज 24 मैं हूं हुआ बटाला के विधानसभा क्षेत्र कादिया के नजदीकी गांव जोगी चीमा में उस समय दहशत का माहौल बन गया जब पतंगबाजी से शुरू हुए झगड़े को लेकर दो गुट आमने सामने आ गए और इस दौरान गोली चलने के कारण एक नौजवान गंभीर रूप से जख्मी हो गया जिसे तुरंत बटाला सिविल अस्पताल में ले जाया गया लेकिन हालत को देखते हुए उस नौजवान को वहां से अमृतसर रेफर कर दिया गया मौके पर पहुंची पुलिस मामले की जांच कर रही है बातचीत के दौरान जख्मी नौजवान की भाभी अमन ने बताया कि उनका देवर छत पर पतंग उड़ा रहा था और पतंग को लेकर ही सामने रहने वाले रिश्तेदारों के साथ मामूली बहस हो गई लेकिन उनकी तरफ से बाद में फायर किए गए जिनमें से दो फायर ऊपर की तरफ चलाए गए और तीसरे फायर की गोली उनके देवर की छाती में लगी जिसके बाद वो गंभीर रूप से जख्मी हो गया उन्होंने मांग की है कि दोषियों के खिलाफ कानूनी कार्रवाई होनी चाहिए दूसरी तरफ मौके पर पहुंचे संबंधित थाना प्रभारी ने कहा कि पतंगबाजी को लेकर दो गुटों में झगड़ा हुआ है और गोली चली है जिस कारण एक नौजवान को गोली लगने से वो गंभीर रूप से जख्मी हुआ है जिसे अमृतसर रेफर कर दिया गया है और इस मामले की जांच की जा रही है और बनती कानूनी कार्रवाई भी की जाएगी ਪ੍ਰਾਇਮਰੀ 24 ਕੇ ਲੀਏ ਜਤੈਂਦਰ ਕੁੰਡਲ ਕੀ ਰਿਪੋਰਟ ਹਾਂਜੀ ਹਾਂਜੀ ਕੀ ਹੋਇਆ ਉਸ ਤੋਂ ਬਾਅਦ ਤੇ ਉਹਨਾਂ ਨੇ ਗਾਲਾਂ ਕੱਢੀਆਂ ਪਹਿਲੋਂ ਫਿਰ ਇਹਨਾਂ ਨੇ ਵੀ ਕਿਤੇ ਗਾਲ-ਗੂਲ ਕੱਢੀ ਹੋਊਗੀ ਸਰ ਅਸੀਂ ਤੇ ਥੱਲੇ ਚਾਹ ਫੜਾ ਕੇ ਥੱਲੇ ਚੱਲ ਗਏ ਤੇ ਫਿਰ ਉਹਨਾਂ ਨੇ ਰਵੋਰਵਰ ਲਿਆ ਕੇ ਗੋਲੀਆਂ ਚਲਾਤੀਆਂ ਤੇ ਨਿਸ਼ਾਨ ਤੇ ਨਿਸ਼ਾਨ ਕੀਤੇ ਫੇਰ ਤੀਜਾ ਫੇਰ ਲੱਗ ਗਿਆ ਮੁੰਡੇ ਨੂੰ ਕਿੱਥੇ ਲੱਗਾ ਆ ਸੱਜੀ ਬਾਹ ਨੂੰ ਕਿਸ ਤਰ੍ਹਾਂ ਦੀ ਹਾਲਤ ਓਦੀ ਹਾਲਤ ਤੇ ਸਾਰੇ ਕੁਝ ਨਹੀਂ ਅਸੀਂ ਕੁਝ ਨਹੀਂ ਸਾਦੇ ਨਾ ਹੀ ਦੱਸੀ ਸਾਦੇ ਕਿਹੋ ਆਪਣੀਆਂ ਦੀ ਸੱਕੀ ਮਾਸੀ ਦਾ ਮੁੰਡਾ ਉਹਨਾਂ ਦਾ ਤੇ ਇਧਰ ਸਾਡੇ ਚਾਚੇ ਦਾ ਮੁੰਡਾ ਹੋ ਗਿਆ ਉਹਨਾਂ ਦੇ ਵੀ ਚਾਚੇ ਦਾ ਵੀ ਲੱਗਾ ਤੇ ਮਾਸੀ ਦਾ ਵੀ ਲੱਗਾ ਹਾਂਜੀ ਤੇ ਇਹ ਕਰਕੇ ਸਾਰੇ ਹਿੱਤ ਮਤਲਬ ਅੱਜ ਇੱਥੋਂ ਕਨਮਨ ਤੋਂ ਅਮਰਪਾਲ ਸਿੰਘ son of ਸਤਨਾਮ ਸਿੰਘ ਇੱਥੇ ਆਪਣੇ ਆਇਆ ਸੀ ਜੋਗੀ ਜੀਵੇਂ ਪਿਛੋਂ ਜੋਗੀ ਜੀਵੇਂ ਦੇ ਇੱਥੇ ਲੋਹੜੀ ਮਨਾਉਣ ਆਇਆ ਸੀ ਇਹਨਾਂ ਦੇ ਆਪਸ ਵਿੱਚ ਗੁੱਡੀ-ਗੱਡੀ ਚੜਾਉਣ ਤੋਂ ਲੜਾਈ ਹੋਈ ਆ ਇੱਥੋਂ ਗੋਲੀ ਚਲਾਈ ਆ ਸਮਸ਼ੇਰ ਸਿੰਘ ਦਾ ਨਾਮ ਲੈ ਰਹੇ ਆ ਜੀ ਤੇ ਉਹਦੇ ਮੋਢੇ ਤੇ ਵੱਜੀ ਆ ਉਹਨੂੰ ਹੁਣ ਹਸਪੀਟਲ ਕਰਤਾ ਰੈਫਰ ਉਹਨੋ ਦਾ ਬਿਆਨ ਲੈ ਕੇ ਜੋ ਵੀ ਕਰ ਪਏ ਅਮਰਵਿੰਦ ਲੜਾਈ ਇਹਨਾਂ ਦੀ ਹੁੰਦੀ ਆ ਕੋਈ ਪਤੰਗ ਪਤੁੰਗੇ ਵਾਲਿਆਂ ਦੀ ਤੇ ਇਸ ਕਰਕੇ ਉਹਨਾਂ ਨੇ ਸਿਰਾ ਆਇਆ ਵਾ ਗੱਡੀ ਦੇ ਵਿੱਚ ਤੇ ਉਹਨਾਂ ਨੇ ਗਾਲਾਂ ਕੱਢੀਆਂ ਵਾ ਬਹੁਤ ਗਾਲ ਗਾਲ ਕ ਨਿਕ ਕੱਢਣ ਡੇ ਆ ਉਦੋਂ ਉਹਨਾਂ ਨੇ ਵੀ ਕੋਠੇ ਤੇ ਬਹੁਤ ਗਾਲ ਕੱਢੀ ਆ ਫਿਰ ਇਹਨਾਂ ਨੇ ਪਿਸਟਲ ਚਲਾਏ ਆ ਉਹਨਾਂ ਨੇ ਵਟੇ ਚਲਾਏ ਆ ਇਹਨਾਂ ਨੇ ਵਟੇ ਚਲਾਏ ਉਹਨਾਂ ਨੇ ਬੋਤਲਾ ਚਲਾਈਆਂ ਫਿਰ ਉਹ ਗੋਲੀ ਜਾ ਕੇ ਜਦੋਂ ਉਹਨੇ ਫਾਇਲ ਕੀਤੇ ਆ ਤੇ ਉਹ ਗੋਲੀ ਜਿਹੜੀ ਆ ਉਹ ਪੰਕਲ ਦੇ ਸਾਥੀ ਚ ਲੱਗੀ ਜਾਵੇ ਹਾਂਜੀ ਬਸ